अस्सलामु अलैकुम व रहमतुल्लाहि व बरकातुहु। ओ दोस्त जेडे जर्मनी दे मुख्तलिफ किनारियां दा नज़ारा लेना चाहते ने पर कदे जर्मनी नहीं आए, उन्हां वास्ते अज फिर एक वीडियो मैं तुहानू अपलोड कर रहा हां। इलाका फ्रैंकफर्ट दे ओस्ट साइड ते जेड़ा एक जगह हैगी है बाद विलबल, उधरों अगर आइए तो या तो तुसी इस सड़क के उत्ते जा सकते हो तो या फिर यह वेख्या देखो तुसी ਇਹ ਇੱਕ ਵਿੱਚੋਂ ਦੀ ਖੇਤਾਂ ਦੇ ਵਿੱਚੋਂ ਦੀ ਇੱਕ ਰਸਤਾ ਨਿਕਲਦਾ। ਨੋਰਮਲੀ ਇਹ ਖੇਤਾਂ ਇਹ ਜਿਹੜਾ ਰਸਤਾ ਹੈ ਆਮ ਤੌਰ 'ਤੇ ਜਿਹੜੇ ਕਿਸਾਨ ਨੇ ਉਹਨਾਂ ਦੇ ਇਸਤੇਮਾਲ ਵਾਸਤੇ, ਲੇਕਿਨ ਬਾਅਦ ਜਿਹੜੇ ਲੋਕ ਇੱਥੇ ਮੁਕਾਮੀ ਰਾਸ਼ੀ ਨੇ ਉਹ ਵੀ ਇਹਨੂੰ ਇਸਤੇਮਾਲ ਕਰ ਲੈਂਦੇ ਨੇ। ਬੜਾ ਖੂਬਸੂਰਤ ਨਜ਼ਾਰਾ ਨਜ਼ਰ ਆਉਂਦਾ ਜਦੋਂ ਇਨਸਾਨ ਖੇਤਾਂ ਦੇ ਵਿੱਚੋਂ ਦੀ ਗੁਜ਼ਰ ਰਿਹਾ ਹੋਵੇ, ਖਾਸ ਤੌਰ 'ਤੇ ਜਦੋਂ ਇਹਨਾਂ ਤਰੱਕੀ ਯਾਫਤਾ ਮਮਾਲਕ 'ਚ ਸ਼ਹਿਰਾਂ 'ਚ ਰਹਿੰਦੇ ਹਾਂ, ਉੱਚੀਆਂ ਉੱਚੀਆਂ ਬਿਲਡਿੰਗਾਂ ਔਰ ਆਬਾਦੀਆਂ, ਅਤੇ ਫਿਰ ਤੁਸੀਂ ਜਦੋਂ ਚਲੇ ਜਾਂਦੇ ਜੇ ਇੱਕ ਐਸੇ ਇਲਾਕੇ 'ਚ ਜਿੱਥੇ ਤੁਹਾਨੂੰ ਸਾਈਡਾਂ 'ਤੇ ਖੇਤ ਹੀ ਖੇਤ ਨਜ਼ਰ ਆਉਂਦੇ ਨੇ, ਉਹ ਫਿਰ ਬੜਾ ਖੂਬਸੂਰਤ ਨਜ਼ਾਰਾ ਲੱਗਦਾ। ਇਹ ਇੱਥੋਂ ਘੁੰਮਦੇ ਘੁੰਮਾਉਂਦੇ ਅਸੀਂ ਫਰੈਂਕਫਰਟ ਦੇ ਕਿਨਾਰੇ 'ਤੇ ਜਿਹੜਾ ਬਰਕਰਜ਼ਾਈਮ ਦਾ ਇਲਾਕਾ ਉੱਥੇ ਜਾ ਨਿਕਲਾਂਗੇ, ਅਤੇ ਨਾਲ ਨਾਲ ਤੁਹਾਨੂੰ ਇਹ ਨਜ਼ਾਰਾ ਉਹ ਦੇਖੋ ਅੱਗੇ ਉਹ ਜਿਹੜਾ ਪਹਾੜੀ ਜੀ ਨਜ਼ਰ ਆ ਰਹੀ ਹੈ, ਇਹ ਉਹ ਇਲਾਕਾ ਜਿਹੜਾ ਇੱਕ ਦਫ਼ਾ ਅੱਗੇ ਇੱਕ ਵੀਡੀਓ 'ਚ ਦਿਖਾਇਆ ਸੀ ਕਿਊਨਿਕਸਟਾਈਨ। ਔਰ ਬਾਕੀ ਇਹ ਜਿਹੜਾ ਇਲਾਕਾ ਜਿਹਦੇ 'ਤੇ ਅਸੀਂ ਇਸ ਟਾਈਮ ਚੱਲ ਰਹੇ ਹਾਂ, ਇਹ ਬਾਦ ਵਿਲਬਲ ਤੋਂ ਫਰੈਂਕਫਰਟ ਨੂੰ ਜਾਣ ਵਾਸਤੇ ਤੁਸੀਂ ਕਹਿ ਸਕਦੇ ਹੋ ਚੋਰ ਰਸਤਾ, ਪਾਕਿਸਤਾਨ 'ਚ ਹੁੰਦਾ ਨਾ ਜਿਵੇਂ ਚੋਰ ਰਸਤੇ ਵਿੱਚੋਂ ਦੀ। ਨੋਰਮਲੀ ਆਮ ਟ੍ਰੈਫਿਕ ਵਾਸਤੇ ਨਹੀਂ ਹੁੰਦਾ, ਜਿਹੜੇ ਕਿਸਾਨਾਂ ਵਾਸਤੇ ਜਿਨ੍ਹਾਂ ਨੇ ਇੱਥੇ ਜਾਣਾ ਟਰੈਕਟਰ 'ਤੇ ਉਹ, ਲੇਕਿਨ ਬਾਅਦ ਲੋਕ ਰਸ਼ ਦੇ ਟਾਈਮ 'ਤੇ ਫਿਰ ਇਹਨੂੰ ਇਸਤੇਮਾਲ ਕਰ ਲੈਂਦੇ ਆ। ਸੜਕ ਤੋਂ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਕਿ ਉਸ ਤਰ੍ਹਾਂ ਦੀ ਟਾਪ ਦੀ ਸੜਕ ਨਹੀਂ ਹੈ। ਇਸ ਸਾਈਡ 'ਤੇ ਦੇਖੋ ਤੁਸੀਂ ਗੰਦਮ ਜਿਹੜੀ ਹੈ ਤਕਰੀਬਨ ਤਿਆਰ ਹੋਣ ਦੇ ਨਜ਼ਦੀਕ ਹੈ। ਇਸ ਸਾਈਡ 'ਤੇ ਜਿਹੜਾ ਕੋਈ ਹੋਰ ਫਸਲ ਜਿਹੜੀ ਉਹਨੇ ਕਿਸਾਨ ਨੇ ਲਗਾ ਲਈ ਹੈ, ਅਤੇ ਬਾਕੀ ਅੱਜ ਦਾ ਮੌਸਮ ਜਿਹੜਾ ਬੜਾ ਹੀ ਖੂਬਸੂਰਤ ਮੌਸਮ, ਸੂਰਜ ਔਰ ਬੱਦਲਾਂ ਦੀ ਅੰਖ ਮਚੋਦੀ ਚੱਲ ਰਹੀ ਹੈ। ਇਹ ਦੇਖੋ ਤੁਸੀਂ ਇਸ ਸਾਈਡ 'ਤੇ ਜਿੱਥੇ ਜਿੱਥੇ ਤੱਕ ਨਜ਼ਰ ਜਾਏਗੀ ਤੁਹਾਨੂੰ ਖੇਤ ਹੀ ਨਜ਼ਰ ਆਉਣਗੇ, ਪਰ ਹਾਂ ਟ੍ਰੈਫਿਕ ਵੀ ਹੈ। ਉਹ ਜਿਹੜਾ ਮੀਨਾਰ ਜਿਹਾ ਤੋਂ ਨਜ਼ਰ ਆ ਰਿਹਾ ਤੁਹਾਨੂੰ ਇੱਕ ਦਿਨ ਵੀਡੀਓ ਦਿਖਾਈ ਸੀ, ਜਿਹੜਾ ਕਿ ਯੂਰਮ ਮੀਨਾਰ ਦੇ ਨਾਮ ਨਾਲ ਮਸ਼ਹੂਰ ਹੈ। ਔਰ ਇਹ ਅੱਗੇ ਇਸ ਸਾਈਡ 'ਤੇ ਇੱਕ ਛੋਟਾ ਜਿਹਾ ਜਿਹੜਾ ਬਾਗੀਚਾ ਜਿਹਾ, ਇਹਦੇ ਵਿੱਚ ਉਹਨਾਂ ਮੁਰਗੀਆਂ ਰੱਖੀਆਂ ਨੇ। ਇੱਥੇ ਫਿਰ ਅੱਗੇ ਚੱਲਦਿਆਂ ਹੋਰ ਕਈ ਚੀਜ਼ਾਂ ਆਉਣਗੀਆਂ ਜਿਹੜੀਆਂ ਤੁਹਾਨੂੰ ਇਨਸ਼ਾਅੱਲਾ ਨਾਲ ਨਾਲ ਦਿਖਾਉਂਦੇ ਜਾਵਾਂਗੇ। ਦੇਖੋ ਤੁਸੀਂ ਇੱਥੋਂ ਥੱਲਿਓਂ ਤੁਸੀਂ ਅਗਰ ਨਜ਼ਰ ਮਾਰੋ, ਇਹ ਮੋਟਰਵੇ ਜਾ ਰਹੀ ਹੈ ਜਾਂ ਬੁੰਡਸਟ੍ਰਾਸੇ 3 ਨੰਬਰ ਜਿਹੜੀ ਬਾਦ ਵਿਲਬਲ ਮਿਲਾ ਰਹੀ ਹੈ। ਅੱਗੇ ਚੱਲਦਿਆਂ ਅਸੀਂ ਇਨਸ਼ਾਅੱਲਾ ਚੰਦ ਮਿੰਟਾਂ ਦੇ ਵਿੱਚ ਖੂਬਸੂਰਤ ਨਜ਼ਾਰੇ ਦੇਖਦਿਆਂ ਫਰੈਂਕਫਰਟ ਦੇ ਵਿੱਚ ਐਂਟਰ ਹੋ ਜਾਵਾਂਗੇ। ਇਹ ਦੇਖੋ ਤੁਸੀਂ ਕਿਸਾਨਾਂ ਦਾ ਆਪਣਾ ਛੋਟਾ ਜਿਹਾ ਅੱਡਾ ਵੀ ਹੈ ਵੇ। ਇਹ ਕਿ ਦੇਖੋ ਸਾਈਨ ਆ ਗਿਆ ਫਰੈਂਕਫਰਟ ਬਰਕਰਜ਼ਾਈਮ, ਇੱਥੋਂ ਅੱਗੇ ਫਰੈਂਕਫਰਟ ਦੀ ਹਦੂਦ ਸ਼ੁਰੂ ਹੋ ਗਈ ਸ਼ਹਿਰ ਦੇ। ਇਹ ਮੇਰਾ ਬੇਸਿਕਲੀ ਅੱਗੋਂ ਹੁਣ ਐਡਾ ਕੋਈ ਖਾਸ ਦੇਖਣ ਵਾਲਾ ਨਹੀਂ, ਅਤੇ ਇਹੀ ਤੁਹਾਨੂੰ ਇੱਥੋਂ ਤੱਕ ਇਨਸ਼ਾਅੱਲਾ ਫਿਰ ਨੈਕਸਟ ਟਾਈਮ ਕੋਈ।